ਇਹ ਮੇਰੀ ਸਾਬਰਾ ਮਾਂ, ਇਹ ਮੇਰੀ ਥਤੜੀ ਮਾਂ, ਇਹ ਮੇਰੀ ਦੁਖਿਆਰ ਮਾਂ ਦੀ ਨਹੀਂ ਬਾਬਾ, ਮੈਂ ਹੱਕ ਨਹੀਂ ਕਰਨਾ। ਆ ਮੇਰੇ ਨੰਨੇ ਨੰਨੇ ਮਾਸੂਮ ਰੁਲ ਜਾਣਗੇ, ਆ ਮੇਰੀਆਂ ਧੀਆਂ ਰੁਲ ਜਾਣਗੀਆਂ, ਇਹਨਾਂ ਦੇ ਸਿਰ 'ਤੇ ਜਵਾਨੀ ਕੱਟਾਂਗੀ, ਕੱਲ੍ਹ ਜਵਾਨ ਹੋਣਗੇ ਬਾਂ ਬੇਲੀ ਬਣ ਜਾਣਗੇ। ਪਰ ਇਸ ਮੇਰੀ ਤਤੜੀ ਮਾਂ ਨੂੰ ਪਤਾ ਹੀ ਨਹੀਂ ਸੀ, ਪੁੱਤਰ ਜਵਾਨ ਹੋ ਕੇ ਪੰਗੀ ਪੋਸਤੀ ਨਿਕਲਾਂਗੇ, ਪੁੱਤਰ ਜਵਾਨ ਹੋ ਕੇ ਰਨ ਮਰੀਦ ਨਿਕਲਾਂਗੇ, ਪੁੱਤਰ ਜਵਾਨ ਹੋ ਕੇ ਮੇਰੀਆਂ ਬਿਸਤੀਆਂ ਕਰਾਣਗੇ, ਪੁੱਤਰ ਜਵਾਨ ਹੋ ਕੇ ਬੇਗਮ ਦੇ ਬਟਵੇ ਦਾ ਨੌਕਰ ਬਣਾਉਣਗੇ। ਪਰ ਆਂਦੇ ਨਹੀਂ, ਅਗਰ ਬਾਪ ਮਰ ਜੇ ਮਾਵਾਂ ਮਿਹਨਤਾਂ ਕਰਕੇ ਬੱਚੇ ਪਾਲਦੀਆਂ ਨੇ, ਅਗਰ ਬਾਪ ਮਰ ਜੇ ਮਾਵਾਂ ਚਰਖੇ ਕੱਤ ਕੇ ਬੱਚੇ ਪਾਲਦੀਆਂ ਨੇ, ਅਗਰ ਬਾਪ ਮਰ ਜੇ ਮਾਵਾਂ ਸਲਾਈਆਂ ਕਰਕੇ ਬੱਚੇ ਪਾਲਦੀਆਂ ਨੇ, ਅਗਰ ਬਾਪ ਮਰ ਜੇ ਮਾਵਾਂ ਲੋਕਾਂ ਦੇ ਘਰਾਂ ਦੀਆਂ ਥਾਪੀਆਂ ਥੱਪ ਕੇ ਬੱਚੇ ਪਾਲਦੀਆਂ ਨੇ, ਅਗਰ ਬਾਪ ਮਰ ਜੇ ਮਾਵਾਂ ਲੋਕਾਂ ਦੇ ਘਰਾਂ ਦੀਆਂ ਟਾਕੀਆਂ ਮਾਰ ਕੇ ਬੱਚੇ ਪਾਲ ਲੈਂਦੀਆਂ ਨੇ। ਅੱਲਾ ਰਸੂਲ ਤੋਂ ਬਾਅਦ ਅਗਰ ਕਿਸੇ ਦਾ ਹੁਕਮ ਮੰਨਣਾ ਹੋਈ, ਆਪਣੇ ਮਾਪਿਆਂ ਦਾ ਹੁਕਮ ਮੰਨਣਾ ਹੀ, ਨਹੀਂ ਤੇ ਨਮਾਜ਼ਾਂ ਪੜੀਆਂ ਵੀ ਜ਼ਾਇਆ ਜਾਣਗੀਆਂ। ਅੱਲਾ ਜੀ ਜੇ ਨਾ ਮੰਨੀਏ ਤੇ ਕੀ ਕਰੇਗਾ? ਫਰਮਾਇਆ ਮੇਰੀ ਜੰਨਤ ਨਹੀਂ ਮਿਲੇਗੀ, ਹਉਜ਼ੇ ਕੌਸਰ ਦਾ ਜਾਮ ਨਹੀਂ ਮਿਲੇਗਾ, ਮਦੀਨੇ ਵਾਲੇ ਦੀ ਸ਼ਫਾਤ ਨਹੀਂ ਮਿਲੇਗੀ, ਮੇਰਾ ਦੀਦਾਰ ਨਹੀਂ ਮਿਲੇਗਾ, ਹਉਜ਼ੇ ਕੌਸਰ ਦਾ ਜਾਮ ਨਹੀਂ ਮਿਲੇਗਾ, ਕਬਰ ਦਾ ਆਰਾਮ ਨਹੀਂ ਮਿਲੇਗਾ, ਦੁਨੀਆਂ ਦਾ ਸਕੂਨ ਨਹੀਂ ਮਿਲੇਗਾ। ਅੱਲਾ ਜੇ ਕਰੀਏ ਤੇ ਫਰਮਾਇਆ ਦੁਨੀਆਂ ਦੇ ਉੱਤੇ ਜੰਨਤ ਮਾਂ ਦੇ ਕਦਮਾਂ ਤੱਲੇ, ਬਾਬਾ ਜੰਨਤ ਦਾ ਦਰਵਾਜ਼ਾ ਵੇ, ਮਾਂ ਬਿਨੋਂ ਵੀ ਜੰਨਤ ਨਹੀਂ ਲੱਭਣੀ, ਬਾਬੇ ਬਿਨੋਂ ਵੀ ਜੰਨਤ ਨਹੀਂ ਲੱਭਣੀ। ਪਰ ਇੱਥੇ ਆਉਂਦੇ ਮਹੀਨਾ ਉਹਦੇ ਕਰ, ਮਹੀਨਾ ਉਹਦੇ ਕਰ, ਸ਼ਰਮ ਨਹੀਂ ਆਈ। ਪੰਜ ਭਰਾ ਖਾਣ ਵਾਲੇ, ਪੰਜ ਭੈਣਾਂ ਖਾਣ ਵਾਲੀਆਂ, ਇੱਕ ਬਾਬਾ ਖਾਣ ਵਾਲਾ, ਅੱਜ ਇੱਕ ਬਾਬਾ ਖਾਣ ਵਾਲਾ, ਇੱਕ ਮਾਂ ਖਾਣ ਵਾਲੀ, ਪੰਜ ਭਰਾ ਖਾਣ ਵਾਲੇ, ਪੰਜ ਧੀਆਂ ਖਾਣ ਵਾਲੀਆਂ, ਇੱਕ ਬਾਬਾ ਕਮਾਉਣ ਵਾਲਾ, ਇੱਕ ਅੰਮਾ ਪਕਾਉਣ ਵਾਲੀ। ਬਾਬਾ ਕਮਾਉਂਦਾ ਨਹੀਂ ਥੱਕਦਾ, ਅੰਮਾ ਪਕਾਉਂਦੀ ਨਹੀਂ ਅੱਕਦੀ, ਕਿਤੇ ਤੇਰੇ ਕਾਲਜ ਦੀਆਂ ਫਿਕਰਾਂ, ਕਿਤੇ ਤੇਰੇ ਸਕੂਲ ਦੀਆਂ ਫਿਕਰਾਂ, ਕਿਤੇ ਤੇਰੀ ਮੰਗਣੀ ਦੀਆਂ ਫਿਕਰਾਂ, ਕਿਤੇ ਤੇਰੀ ਸ਼ਾਦੀ ਦੀਆਂ ਫਿਕਰਾਂ, ਕਿਤੇ ਤੇਰੇ ਜ਼ੇਵਰ ਦੀਆਂ ਫਿਕਰਾਂ, ਕਿਤੇ ਤੇਰੇ ਦਾਖਲੇ ਦੀਆਂ ਫਿਕਰਾਂ। ਵੀਰੋ ਦੁਨੀਆਂ ਦੇ ਉੱਤੇ ਬਾਬਾ ਕਮਾਉਂਦਾ ਨਹੀਂ ਥੱਕਦਾ, ਅੰਮਾ ਪਕਾਉਂਦੀ ਨਹੀਂ ਅੱਕਦੀ, ਇਹ ਚਿੱਟੇ ਐਵੇਂ ਨਹੀਂ ਆ ਜਾਂਦੇ, ਇਹ ਗੱਲਾਂ ਤੇ ਵੱਟ ਐਵੇਂ ਨਹੀਂ ਪੈ ਜਾਂਦੇ, ਮੂੰਹਾਂ ਦੇ ਦੰਦ ਐਵੇਂ ਨਹੀਂ ਨਿਕਲ ਜਾਂਦੇ। ਵੀਰੋ ਉਦਣ ਮਾਪੇ ਮਰ ਜਾਂਦੇ ਨੇ ਜਿਦਣਾਂ ਦੇ ਮਹੀਨਾ ਉਹਦੇ ਕਰ ਵੀ ਕੱਢੀ, ਕਈ ਏਡੇ ਬਦਨਸੀਬ ਮਾਂ ਮਾਪਿਆਂ ਦੇ ਕਫਨਾਂ ਦੇ ਵੀ ਹਿਸਾਬ ਕਰਦੇ, ਲੱਖ ਲੱਗਾ ਵੀ ਤੇਰੇ ਹਿੱਸੇ, ਸਲੈਪਾਂ ਦੇ ਤੇਰੇ ਹਿੱਸੇ, ਕਬਰ ਦੇ ਤੇਰੇ ਹਿੱਸੇ। ਉਹ ਸ਼ਰਮ ਨਹੀਂ ਆਈ ਜਿੰਨਾ ਸਾਰੀ ਉਮਰ ਤੇਰੇ ਤੇ ਲਾਈ, ਅੱਜ ਕਬਰਾਂ ਦੇ ਵੀ ਹਿਸਾਬ ਕਰਨੇ। ਦੁਆ ਕਰਿਆ ਕਰ ਮਦਨੀ ਨੂੰ ਪੁੱਛ, ਜਿਹੜਾ ਗਲੀ ਗਲੀ ਮਾਪਿਆਂ ਦੀ ਸ਼ਾਨ ਬਿਆਨ ਕਰਦਾ ਹੈ, ਕਿਤੇ ਜਰਨਲ ਦੇ ਘਰ, ਕਿਤੇ ਆਈ ਜੀ ਦੇ ਘਰ, ਕਿਤੇ ਜਨਾਬ ਜੀ ਮੈਂ ਵੇਖਿਆ ਜੇ ਸਿਆਸਤਦਾਨਾਂ ਦੇ ਘਰ, ਕਿਤੇ ਜੀ ਵਜ਼ੀਰ ਆਜ਼ਮ ਦੇ ਘਰ, ਨਾਸਰ ਮਦਨੀ ਮਾਪਿਆਂ ਦੀ ਸ਼ਾਨ ਬਿਆਨ ਕਰਦਾ ਫਿਰਦਾ ਹੈ, ਕਿਉਂ ਕਰਦਾ? ਤੈਨੂੰ ਲੱਗੀ ਹੋਵੇ ਤੇ ਖਬਰ ਹੋਵੇ, ਮੈਨੂੰ ਨਹੀਂ ਨਾ ਨਸੀਬ ਹੋਇਆ ਪਿਆਰ, ਮੈਂ ਨਾ ਰੱਬਾ ਮੇਰੇ ਬਾਬੇ ਦੀ ਮੰਜੀ ਮੇਰੇ ਬੂਹੇ ਤੋਂ ਉੱਠੇ, ਮੇਰੀ ਮਾਂ ਦੀ ਮੰਜੀ ਮੇਰੇ ਬੂਹੇ ਤੋਂ ਉੱਠੇ, ਮੈਂ ਕਰੋੜ ਪੱਕੇ ਤਕਰੀਰ ਪਿਆ ਕਰਾਂ। ਇੱਕ ਬਾਬਾ ਉੱਠ ਕੇ ਰੋਣ ਲੱਗ ਪਿਆ, ਮੈਂ ਕਿਹਾ ਬਾਬਾ ਕਿਉਂ ਰੋਣਾ? ਸਪੀਕਰ ਪਰਾਂ ਕਰਕੇ ਗੱਲ ਲੱਗ ਗਿਆ, ਮੈਂ ਕਿਹਾ ਬਾਬਾ ਕਿਉਂ ਰੋਣਾ? ਕਹਿੰਦਾ ਪੁੱਤਰ ਮਦਨੀ ਬਸ ਕਰ, ਅੱਜ ਗਲੀਆਂ ਦੇ ਕੱਖ ਪਰ, ਅਸੀਂ ਗਲੀਆਂ ਦੇ ਕੱਖਾਂ ਤੋਂ ਵੀ ਹੌਲੇ। ਜਿਉ ਜਿਉ ਬਾਬਾ ਬੁੱਢਾ ਹੋਵੇ, ਨੌਕਰ ਸਾਰੇ ਘਰ ਦਾ ਸਾਰਾ ਟੱਬਰ ਇਹੋ ਹੀ ਕਹਿੰਦਾ, ਬਾਬਾ ਕਿਉਂ ਨਹੀਂ ਮਰਦਾ? ਮੀਆਂ ਮੁਹੰਮਦ ਬਖਸ਼ ਬੋਲ ਪਏ, ਕਹਿੰਦੇ ਸਾਰੀ ਉਮਰ ਮੈਂ ਆਟਾ ਗੁੰਨਿਆ, ਲੱਖਾਂ ਕੀਤੇ ਪੇੜੇ, ਗਈ ਜਵਾਨੀ ਮੁੜ ਆਇਆ ਬੜਾਪਾ, ਹੁਣ ਕੋਈ ਨਹੀਂ ਲੱਗਦਾ ਨੇੜੇ।